ਅਗਲੀ ਖਬਰ ਵਿੱਚ ਚਲੀਏ ਤੇ ਫਲੋਰੀਡਾ ਦੇ ਵਿੱਚ ਹਰੀਕੇਨ ਅਲਰਟ ਜਾਰੀ ਕੀਤਾ ਗਿਆ, ਜਿਹੜਾ ਪੋਟੈਂਸ਼ੀਅਲ ਕਹਿੰਦੇ ਟ੍ਰੋਪੀਕਲ ਸਾਈਕਲੋਨ 9 ਉਹ ਆ ਰਿਹਾ ਆ ਕਰੇਬੀਅਨ ਦੇ ਵਿੱਚ ਹੈਡ ਆਫ ਹੈਲੇਨ। ਸੋ ਅੱਜ ਕੱਲ੍ਹ ਹਰੀਕੇਨ ਦਾ ਸੀਜ਼ਨ ਆ ਉਹਨਾਂ ਏਰੀਏ ਦੇ ਵਿੱਚ, ਅਤੇ ਮਿਲੀਅਨਸ ਆਫ ਪੀਪਲ ਕਹਿੰਦੇ ਵੀ ਲੂਜ਼ੀਆਨਾ ਤੋਂ ਲੈ ਕੇ ਫਲੋਰੀਡਾ ਤੱਕ ਉਹ ਇਸ ਜੋ ਟ੍ਰੋਪੀਕਲ ਸਾਈਕਲੋਨ 9 ਆ ਇਹਦੇ ਉੱਤੇ ਆਪਣੀ ਨਜ਼ਰ ਰੱਖ ਰਹੇ ਹੈਗੇ ਆ। ਇਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਹੋ ਸਕਦਾ ਹੈਗਾ ਆ ਪ੍ਰੋਪਰਟੀ ਦਾ, ਅਤੇ ਜਾਨੀ ਨੁਕਸਾਨ ਤੋਂ ਤਾਂ ਅਲਰਟ ਸਾਰਿਆਂ ਨੂੰ ਕੀਤਾ ਗਿਆ ਹੈਗਾ। ਕਹਿੰਦੇ ਭਈ 39 ਪਲੱਸ ਮਾਈਲਸ ਪਰ ਆਵਰ ਦੇ ਹਿਸਾਬ ਨਾਲ ਵਿੰਡਸ ਚੱਲ ਰਹੀਆਂ ਪਿਛਲੇ 48 ਘੰਟਿਆਂ ਤੋਂ, ਜੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਸਪੀਡ ਹੋਰ ਵੱਧ ਜਾਊਗੀ। ਨੈਸ਼ਨਲ ਹਰੀਕੇਨ ਸੈਂਟਰ ਵੱਲੋਂ ਇਹ ਜਿਹੜੀ ਆ ਸਟੇਟਮੈਂਟ ਜਾਰੀ ਕੀਤੀ ਗਈ ਆ। ਕਹਿੰਦੇ ਬਈ ਪੋਟੈਂਸ਼ੀਅਲ ਹੈਗਾ ਡੇਂਜਰਸ ਅਤੇ ਲਾਈਫ ਥਰੈਟਨਿੰਗ ਸਟੋਰਮ ਸਰਚ ਦਾ। ਸੋ ਇਹ ਫਲੋਰੀਡਾ ਦੇ ਵੈਸਟ ਕੋਸਟ ਜਿਹੜਾ ਆ ਉੱਥੇ ਹਿੱਟ ਕਰਨ ਜਾ ਰਿਹਾ ਹੈਗਾ। ਸੋ ਜਿਹੜੇ ਲੋਕ ਇਸ ਏਰੀਏ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਪ੍ਰਪੇਅਰ ਹੋਣ ਦੇ ਲਈ ਕਿਹਾ ਗਿਆ ਹੈ ਵੀ ਆਪਣਾ ਫੂਡ ਵਗੈਰਾ ਤਿਆਰ ਰੱਖੋ, ਆਪਣੀ ਜਿਹੜੀਆਂ ਵਿੰਡੋਜ਼ ਆ ਉਹਨਾਂ ਦੇ ਉੱਤੇ ਪਲਾਈਵੁੱਡ ਵਗੈਰਾ ਲਾ ਕੇ ਰੱਖੋ, ਜਿੱਥੇ ਜ਼ਿਆਦਾ ਨੁਕਸਾਨ ਹੋਣ ਦੇ ਚਾਂਸ ਆ ਉੱਥੇ ਲੋਕਾਂ ਨੂੰ ਮੂਵ ਹੋਣ ਦੇ ਲਈ ਵੀ ਕਿਹਾ ਗਿਆ ਹੈਗਾ। ਲੀਓਨ ਕਾਉਂਟੀ ਜਿਹੜੀ ਆ ਉਹ ਲਗਾਤਾਰ ਇਸ ਜੋ ਹਰੀਕੇਨ ਆ ਉਸ ਨੂੰ ਮੋਨੀਟਰ ਕਰ ਰਹੀ ਆ। ਨੈਸ਼ਨਲ ਵੈਦਰ ਸਰਵਿਸ ਦੇ ਮੁਤਾਬਕ ਬਹੁਤ ਜ਼ਿਆਦਾ ਮੀਂਹ ਜਿਹੜਾ ਆ ਲੀਓਨ ਕਾਉਂਟੀ ਦੇ ਏਰੀਏ ਦੇ ਵਿੱਚ ਪੈਣ ਜਾ ਰਿਹਾ ਹੈਗਾ, ਜਿਹਦੇ ਨਾਲ ਫਲੱਡਿੰਗ ਦਾ ਵੀ ਨੁਕਸਾਨ ਹੋਊਗਾ। ਇਸੇ ਤਰ੍ਹਾਂ ਸਿਟੀ ਆਫ ਟੈਲਹਾਸੀ ਜੋ ਆ ਉਹ ਵੀ ਪੂਰੀ ਤਰ੍ਹਾਂ ਜਿਹੜੀ ਤਿਆਰੀ ਕਰ ਰਹੀ ਆ ਵੀ ਜੇ ਉੱਥੇ ਫਲੱਡ ਵਗੈਰਾ ਆਉਂਦੇ ਆ ਕਿਸ ਤਰ੍ਹਾਂ ਲੋਕਾਂ ਨੂੰ ਮੂਵ ਕੀਤਾ ਜਾਊਗਾ, ਕਿਹੜੇ ਕਿਹੜੀਆਂ ਸਟਰੀਟਸ ਉਹ ਇਸ ਫਲੱਡ ਦੇ ਨਾਲ ਅਫੈਕਟਡ ਹੋਣਗੀਆਂ। ਯੂਟਿਲਿਟੀ ਦਾ ਜਿਹੜੇ ਕਰਿਊ ਆ ਉਹਨਾਂ ਨੂੰ ਆਲਰੇਡੀ ਡਿਪਲੋਏ ਕਰ ਦਿੱਤਾ ਗਿਆ ਆ ਵੀ ਜੇ ਐਕਸਟਰਾ ਸਟਾਫ ਚਾਹੀਦਾ ਹੋਇਆ, ਯੂਟਿਲਿਟੀ ਸਰਵਿਸਿਜ਼ ਡਾਊਨ ਹੁੰਦੀਆਂ ਹੈਗੀਆਂ ਉਹਨਾਂ ਨੂੰ ਕਿਸ ਤਰ੍ਹਾਂ ਜਿਹੜਾ ਅਪ ਕਰਨਾ ਹੈਗਾ ਆ। ਸੋ ਇਸ ਏਰੀਏ ਦੇ ਵਿੱਚ ਸਾਈਕਲੋਨ 9 ਜਿਹੜਾ ਆ ਉਹ ਬਹੁਤ ਜਲਦੀ ਪਹੁੰਚ ਰਿਹਾ ਹੈ ਜੀ। ਅਗਲੀ ਜਿਹੜੀ ਫਿਰ ਤੁਸੀਂ ਗੱਲ ਕਰੀਏ ਜਿਹੜਾ ਦੂਸਰਾ ਅਸੈਸੀਨੇਸ਼ਨ ਅਟੈਂਪਟ ਦੇ ਬਾਰੇ ਆਪਾਂ ਨੂੰ ਜਿਹੜਾ ਪਤਾ ਲੱਗ ਰਿਹਾ ਆ ਸਾਬਕਾ ਰਾਸ਼ਟਰਪਤੀ ਟਰੰਪ ਹੋਣਾ ਦੇ ਉਲਟ, ਇੱਕ ਤਾਂ ਵਾਰੀ ਤਾਂ ਗੋਲੀ ਜਿਹੜੀ ਚੱਲ ਗਈ ਸੀ ਕੰਨ ਨੂੰ ਛੂ ਕੇ ਜਿਹੜੀ ਉਹ ਨਿਕਲ ਗਈ ਸੀ, ਬਾਲ ਬਾਲ ਬਚਾ ਹੋਇਆ ਸੀ। ਦੂਜੀ ਵਾਰ ਇੱਕ ਹੋਰ ਰੋਇਨ ਵੀਚਲੀ ਨਾਂ ਦਾ ਜਿਹੜਾ ਬੰਦਾ ਆ ਉਹ ਫਲੋਰੀਡਾ ਦੇ ਵਿੱਚ ਇਹਨਾਂ ਦੇ ਜਿਹੜਾ ਗੋਲਫ ਕੋਰਸ ਆ ਉਸਦੇ ਨਜ਼ਦੀਕ ਗ੍ਰਿਫਤਾਰ ਹੈ ਕੀਤਾ ਗਿਆ ਸੀ। ਹੁਣ ਉਸਦੀ ਇੱਕ ਚਿੱਠੀ ਜਿਹੜੀ ਉਹ ਸਾਹਮਣੇ ਆਈ ਆ ਜਿਸ ਦੇ ਵਿੱਚ ਉਸਨੇ ਸੰਬੋਧਨ ਕੀਤਾ ਆ ਦੁਨੀਆ ਨੂੰ ਡੀਅਰ ਵਰਲਡ ਜਿਹੜਾ ਉਹ ਕਰਕੇ ਉਸਨੇ ਉਸ ਦੇ ਵਿੱਚ ਲਿਖਿਆ ਵੀ ਦਿਸ ਵਾਜ਼ ਏ ਅਸੈਸੀਨੇਸ਼ਨ ਅਟੈਂਪਟ ਔਨ ਡੋਨਲਡ ਟਰੰਪ ਬਟ ਆਈ ਫੇਲਡ ਯੂ, ਆਈ ਟ੍ਰਾਈਡ ਮਾਈ ਬੈਸਟ, ਗਿਵ ਇਟ ਆਲ ਦ ਗੰਪਸ਼ਨ ਆਈ ਕੁਡ ਮਸਟਰ, ਇਟ ਇਜ਼ ਅਪ ਟੂ ਯੂ ਟੂ ਨਾਟ ਫਿਨਿਸ਼ ਦ ਜੋਬ, ਆਈ ਵਿਲ ਆਫਰ $150,000 ਟੂ ਹੂ ਐਵਰ ਕੈਨ ਕੰਪਲੀਟ ਦ ਜੋਬ। ਸੋ ਬੇਸਿਕਲੀ ਇਹਨੇ ਦੁਨੀਆ ਨੂੰ ਸੰਬੋਧਨ ਕਰਕੇ ਹੋਏ ਰਾਇਨ ਵੈਸਲੀ ਨੇ ਇਸ ਦੇ ਵਿੱਚ ਕਿਹਾ ਵੀ ਇਹ ਅਸੈਸੀਨੇਸ਼ਨ ਟਰਮ ਸੀ, ਮਾਰਨ ਦੀ ਇਹ ਕੋਸ਼ਿਸ਼ ਸੀ ਤੇ ਪਰ ਮੈਂ ਫੇਲ ਹੋ ਗਿਆ ਆ, ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ, ਜਿੰਨੀ ਵੀ ਹਿੰਮਤ ਸੀ ਉਹ ਜਟਾ ਕੇ ਕੀਤਾ ਤੇ ਹੁਣ ਤੁਹਾਡੇ ਤੇ ਕਹਿੰਦਾ ਆ ਇਹ ਜ਼ਿੰਮੇਵਾਰੀ ਆ ਵੀ ਇਸ ਨੂੰ ਤੁਸੀਂ ਕੰਪਲੀਟ ਕਰੋ ਤੇ $1.5 lakh ਕਹਿੰਦਾ ਮੈਂ ਦਊਂਗਾ ਜੋ ਵੀ ਇਹ ਕਰੂੰਗਾ। ਇਹ ਲੈਟਰ ਦੇ ਵਿੱਚ ਇਨ ਬਿਨ ਜੋ ਉਸਨੇ ਲਿਖਿਆ ਆ ਉਹ ਆਪਾਂ ਸ਼ੇਅਰ ਕੀਤਾ ਸੀ, ਕਿਸੇ ਨੂੰ ਨਹੀਂ ਕਹਿ ਰਹੇ ਵੀ ਤੁਸੀਂ ਆਹ ਚੀਜ਼ ਜਿਹੜੀ ਉਹ ਕਰੋ, ਪਰ ਕਹਿੰਦੇ ਵੀ ਜਿਹੜੇ ਵਿਟਨੈਸ ਆ ਉਹਨਾਂ ਨੇ ਇਨਵੈਸਟੀਗੇਟਰ ਜਾਂਚ ਕਰਤਾ ਨੂੰ ਜਿਹੜਾ ਦੱਸਿਆ ਵੀ ਰਾਇਨ ਵੀਚਲੀ ਰਾਊਥ ਉਹਨੇ ਇੱਕ ਆਪਣਾ ਬਾਕਸ ਘਰੇ ਡਰੋਪ ਕੀਤਾ ਸੀ ਕੁਛ ਮਹੀਨੇ ਪਹਿਲਾਂ ਜਿਸ ਦੇ ਵਿੱਚ ਐਮੂਨੇਸ਼ਨ, ਮੈਟਲ ਪਾਈਪ ਤੇ ਹੋਰ ਬਿਲਡਿੰਗ ਮਟੀਰੀਅਲ ਟੂਲ ਸੀਗੇ, 4 ਫੋਨ ਸੀਗੇ ਤੇ ਕਈ ਚਿੱਠੀਆਂ ਜਿਹੜੀਆਂ ਉਸਦੇ ਵਿੱਚੋਂ ਲੱਭੀਆਂ ਸੀ। 58 ਸਾਲਾ ਰਾਊਥ ਕਹਿੰਦੇ ਵੀ ਘਾਤ ਲਾ ਕੇ ਰਾਈਫਲ ਦੇ ਨਾਲ ਰੁੱਖ ਦੇ ਉੱਤੇ ਚੜਿਆ ਬੈਠਾ ਸੀਗਾ ਵੀ ਜਿੱਥੇ ਇਹ ਸੋਚ ਰਿਹਾ ਸੀਗਾ ਵੀ ਜਦੋਂ ਟਰੰਪ ਹੋਣੀ ਆਉਣਗੇ ਤਾਂ ਮੈਂ ਉਹਨੂੰ ਗੋਲੀ ਮਾਰ ਕੇ ਜਿਹੜਾ ਉਹ ਮਾਰ ਦਊਂਗਾ।
ਉਹਨੇ ਜਿਹੜਾ ਲਿਖਿਆ ਵੀ ਟਰੰਪ ਨੇ ਇਰਾਨ ਦੇ ਨਾਲ ਜਿਹੜੇ ਰਿਲੇਸ਼ਨ ਆ ਉਹ ਖਤਮ ਕਰਕੇ ਬੱਚਿਆਂ ਵਾਂਗ, ਤੇ ਹੁਣ ਮਿਡਲ ਈਸਟ ਦੇ ਵਿੱਚ ਜੋ ਹਾਲਾਤ ਬਣੇ ਆ ਉਹ ਇਸ ਦੇ ਕਰਕੇ ਜਿਹੜਾ ਉਹ ਹੋ ਰਿਹਾ ਆ। ਸੋ ਅੱਜ ਕਹਿੰਦੇ ਉਸ ਨੂੰ ਰਾਇਨ ਵੀਜ਼ਲੀ ਰਾਊਟਸ ਨੂੰ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਉਹ ਪੇਸ਼ ਕੀਤਾ ਜਾਊਗਾ। ਪ੍ਰੋਸੀਕਿਊਟਰ ਨੇ ਕਿਹਾ ਵੀ ਸੀਕ੍ਰੇਟ ਸਰਵਿਸ ਏਜੰਟ ਆ, ਉਹਨਾਂ ਨੇ ਗੋਲੀ ਚਲਾਈ ਸੀਗੀ ਰਾਊਟਸ ਦੇ ਉੱਤੇ ਜਦ ਉਸਦੇ ਹੱਥ ਦੇ ਵਿੱਚ ਉਹਨਾਂ ਨੇ ਰਾਈਫਲ ਦੇਖੀ ਸੀ ਟ੍ਰੀ ਲਾਈਨ ਦੇ ਉੱਤੋਂ। ਤੇ ਕਹਿੰਦੇ 15 ਸਪਤੰਬਰ ਨੂੰ ਇਹ ਘਟਨਾ ਜਿਹੜੀ ਉਹ ਵਾਪਰੀ ਸੀ ਜਦ ਟਰੰਪ ਹੁਣੀ ਗੋਲਫ ਕਰ ਰਹੇ ਸੀਗੇ, ਤੇ ਕਹਿੰਦੇ ਵੀ ਬਾਅਦ ਦੇ ਵਿੱਚ ਰਾਊਟ ਉੱਥੋਂ ਦੌੜਦਾ ਹੋਇਆ ਮੌਕੇ ਨੂੰ ਛੱਡ ਕੇ ਜਿਹੜਾ ਦੌੜਦਾ ਹੋਇਆ ਨਜ਼ਰ ਆਇਆ ਸੀ। ਜਿਹੜੀ ਕੰਪਲੇਂਟ ਜਿਹੜੀ ਰਾਊਟ ਦੇ ਅਗੇਂਸਟ ਕੀਤੀ ਗਈ ਸੀ, ਕੰਪਲੇਂਟ ਦੇ ਵਿੱਚ ਕਹਿੰਦੇ ਵੀ ਜਿਹੜਾ ਸੈਲਫੋਨ ਦਾ ਡਾਟਾ ਸ਼ੋ ਕਰਦਾ ਆ ਵੀ ਉਹ ਘੱਟੋ ਘੱਟ 12 ਘੰਟੇ ਸ਼ਾਇਦ ਉੱਥੇ ਬੈਠਾ ਰਿਹਾ ਆ ਗੋਲਫ ਕੋਰਸ ਦੇ ਵਿੱਚ ਉੱਥੇ ਰੁੱਖ ਦੇ ਉੱਤੇ ਚੜ੍ਹ ਕੇ, ਜਿਸ ਤੋਂ ਬਾਅਦ ਦੇ ਵਿੱਚ ਇਸ ਨੂੰ ਕਹਿੰਦੇ ਗ੍ਰਿਫਤਾਰ ਜਿਹੜਾ ਆ ਉਹ ਲਾ ਇਨਫੋਰਸਮੈਂਟ ਨੇ ਇੱਕ ਲਾਗੇ ਜਿਹੜੀ ਕਾਰ ਨੂੰ ਜਦੋਂ ਡਰਾਈਵ ਕਰ ਰਿਹਾ ਸੀ ਉਸਨੂੰ ਹਾਈਵੇ ਦੇ ਲਾਗੇ ਉੱਥੇ ਜਿਹੜਾ ਉਸਨੂੰ ਸਪੋਟ ਕੀਤਾ ਸੀ ਤੇ ਗ੍ਰਿਫਤਾਰ ਕਰ ਲਿਆ ਗਿਆ ਸੀਗਾ। ਕਹਿੰਦੇ ਵੀ ਉਹਦੇ ਕੋਲ ਟਰੰਪ ਹੋਣਾਂ ਦੀਆਂ ਲੋਕੇਸ਼ਨ ਦੀ ਲਿਸਟ ਸੀਗੀ, ਨਾਲ ਉਹਨੇ ਇਹ ਵੀ ਲੱਭ ਰਿਹਾ ਸੀਗਾ ਵੀ ਇਹ ਕਾਂਡ ਕਰਨ ਤੋਂ ਬਾਅਦ ਮੈਕਸੀਕੋ ਨੂੰ ਕਿੱਦਾਂ ਜਿਹੜਾ ਆ ਉਹ ਭੱਜ ਸਕਦਾ ਹੈਗਾ ਆ। ਸੋ ਕਹਿੰਦੇ ਵੀ ਵੈਸਟ ਪਾਮ ਬੀਚ ਦੇ ਵਿੱਚ ਉਹ ਆਇਆ ਸੀਗਾ ਨੌਰਥ ਕੈਰੋਲੀਨਾ ਤੋਂ 14 ਅਗਸਤ ਤੋਂ, ਸੈਲਫੋਨ ਡਾਟਾ ਜਿਹੜਾ ਉਹ ਸ਼ੋ ਕਰ ਰਿਹਾ ਵੀ ਟਰੰਪ ਹੋਣਾਂ ਦੇ ਮਾਰ-ਏ-ਲਾਗੋ ਰੈਜੀਡੈਂਸ ਗੋਲਫ ਕੋਰਸ ਦੇ ਲਾਗੇ ਉਹ ਕਈ ਦਿਨ ਤੇ ਕਈ ਵਾਰ ਜਿਹੜਾ ਆ ਉਹ ਉੱਥੇ ਆਉਂਦਾ ਰਿਹਾ 18 ਅਗਸਤ ਤੋਂ ਲੈ ਕੇ 15 ਸਪਤੰਬਰ ਵਾਲੇ ਦਿਨ ਤੱਕ, ਜਿਸ ਦਿਨ ਉਸਨੂੰ ਜਿਹੜਾ ਉਹ ਗ੍ਰਿਫਤਾਰ ਕੀਤਾ ਜਿਹੜਾ ਉਹ ਗਿਆ ਸੀਗਾ। ਇੱਕ ਹਵਾਈ ਦਾ ਡਰਾਈਵਰ ਲਾਇਸੈਂਸ ਅਤੇ ਉਹਦੇ ਗਲਵ ਤੇ ਪਾਸਪੋਰਟ ਉਸਦੇ ਨਾਮ ਦਾ ਜਿਹੜਾ ਆ ਬਾਅਦ ਦੇ ਵਿੱਚ ਮੌਕੇ ਤੋਂ ਉਹਨਾਂ ਨੂੰ ਲੱਭਾ ਸੀਗਾ ਜੀ। ਅਗਲੀ ਖਬਰ ਵੱਲ ਚੱਲੀਏ ਤੇ US ਨੇ CNN ਬਿਜ਼ਨਸ ਰਿਪੋਰਟ ਕਰ ਰਿਹਾ, US ਨੇ ਪ੍ਰਪੋਜ਼ ਕੀਤਾ ਆ ਕਿ ਜਿਹੜੀਆਂ ਸਮਾਰਟ ਕਾਰਸ ਹੈਗੀਆਂ, ਸਮਾਰਟ ਕਾਰਸ ਆ ਜਿਨ੍ਹਾਂ ਦੇ ਵਿੱਚ ਚਾਈਨੀਜ਼ ਤੇ ਰਸ਼ੀਅਨ ਟੈਕਨੋਲੋਜੀ ਦੇ ਪਾਰਟਸ ਆ, ਉਹਨਾਂ ਨੂੰ USA ਦੇ ਵਿੱਚ ਬੈਨ ਕੀਤਾ ਜਾਵੇ। ਕਈ ਰਸ਼ੀਅਨ ਟੈਕਨੋਲੋਜੀ ਆ ਇਹ ਸਾਡੇ ਲਈ ਨੈਸ਼ਨਲ ਸਿਕਿਉਰਿਟੀ ਦਾ ਕੰਸਰਨ ਹੈਗਾ, ਸੇਮ ਹੀ ਜਿਹੜਾ ਆ ਚਾਈਨੀਜ਼ ਗਵਰਨਮੈਂਟ ਦਾ ਹੈਗਾ। US ਗਵਰਨਮੈਂਟ ਨੇ ਫਰਵਰੀ ਮਹੀਨੇ ਦੇ ਵਿੱਚ ਇਹ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਸੀ, ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਨੈਸ਼ਨਲ ਸਿਕਿਉਰਿਟੀ ਦਾ ਜਿਹੜਾ ਰਿਸਕ ਆ ਉਸ ਵਿੱਚ ਜਿਹੜੀਆਂ ਸੋਫਟਵੇਅਰ ਅਤੇ ਹਾਰਡਵੇਅਰ ਲਾਇਆ ਗਿਆ ਚਾਈਨਾ ਅਤੇ ਰਸ਼ੀਆ ਵੱਲੋਂ ਉਹ ਇੱਕ ਬਹੁਤ ਵੱਡਾ ਰਿਸਕ ਹੈਗਾ। ਪਰਸਨਲ ਡਾਟਾ ਡਰਾਈਵਰ ਦਾ ਸਾਰਾ ਕੁਛ ਕਹਿੰਦੇ ਹੈਕਿੰਗ ਉਹਦੀ ਹੋ ਸਕਦੀ ਹੈਗੀ ਆ। ਐਕਸਟ੍ਰੀਮ ਸਿਚੁਏਸ਼ਨ ਦੇ ਵਿੱਚ ਕਹਿੰਦੇ ਵੀ ਉਹ ਜਿਹੜੀ ਫੋਰਨ ਐਡਵਰਸਰੀ ਆ ਜਿਹੜੀਆਂ ਉਹ ਸਰਕਾਰਾਂ ਆ ਤੁਹਾਡੀ ਕਾਰ ਨੂੰ ਸ਼ਟ ਡਾਊਨ ਵੀ ਕਰ ਸਕਦੀਆਂ ਹੈਗੀਆਂ ਤੇ ਕਾਰਾਂ ਦਾ ਕੰਟਰੋਲ ਆਪਣੇ ਕੋਲ ਵੀ ਲਿਜਾ ਸਕਦੀਆਂ ਹੈਗੀਆਂ, ਜਿਹਦੇ ਕਰਕੇ ਜ਼ਿਆਦਾ ਕਰੈਸ਼ ਹੋ ਸਕਦੇ ਆ ਤੇ ਰੋਡਸ ਬਲੌਕ ਹੋ ਸਕਦੀਆਂ, ਵੀ ਪੂਰੀ ਤਰ੍ਹਾਂ ਕੇਓਸ ਹੋ ਸਕਦਾ ਹੈਗਾ ਅਮਰੀਕਾ ਦੇ ਵਿੱਚ। ਸੋ ਇਸ ਨੂੰ ਦੇਖਦੇ ਹੋਏ ਉਹਨਾਂ ਨੇ ਪ੍ਰਪੋਜ਼ ਕੀਤਾ ਆ ਵੀ ਜਿਹੜੀਆਂ ਕਾਰਾਂ ਦੇ ਵਿੱਚ ਚਾਈਨਾ ਦੇ ਜਾਂ ਰਸ਼ੀਆ ਦੇ ਪਾਰਟਸ ਹੋਣਗੇ ਉਹਨਾਂ ਨੂੰ ਜਿਹੜਾ ਆ ਬੈਨ ਕੀਤਾ ਜਾਵੇ। ਦੂਸਰੇ ਪਾਸੇ ਚਾਈਨਾ ਵਾਲੇ ਵੀ ਕਹਿ ਰਹੇ ਆ ਵੀ ਜਿਹੜੀ ਟੈਸਲਾ ਕਾਰ ਆ ਉਹ ਅਸੀਂ ਸਾਡੀਆਂ ਜਿਹੜੀਆਂ ਗਵਰਨਮੈਂਟ ਦੀਆਂ ਫੈਸਿਲਿਟੀਜ਼ ਆ ਜਾਂ ਜਿੱਥੇ ਟੈਕਨੋਲੋਜੀ ਵਾਲੀ ਆ ਉਹਨਾਂ ਏਰੀਏ ਦੇ ਵਿੱਚ ਅਸੀਂ ਐਂਟਰ ਨਹੀਂ ਹੋਣ ਦੇਵਾਂਗੇ, ਵੀ ਟੈਸਲਾ ਵਾਲੇ ਵੀ ਜਿਹੜਾ ਸਾਡਾ ਬਹੁਤ ਕੁਛ ਜਿਹੜਾ ਡਾਟਾ ਆ ਉਹ
ਚੋਰੀ ਕਰ ਸਕਦੇ ਹੈਗੇ ਆ। ਸੋ ਦੂਸਰੇ ਪਾਸੇ ਅਮਰੀਕਾ ਵਾਲੇ ਅਮਰੀਕਾ ਵੱਲੋਂ ਇਸ ਟਾਈਮ ਦੇ ਉੱਤੇ ਜਦੋਂ ਅਨਾਊਂਸਮੈਂਟ ਆਈ ਆ ਉਹਦਾ ਮਤਲਬ ਕਹਿੰਦੇ ਇਹ ਵੀ ਆ ਭਈ ਵਾਈਟ ਹਾਊਸ ਵੱਲੋਂ ਜਿਹੜੀ ਡੈਮੋਕ੍ਰੇਟ ਸਰਕਾਰ ਆ ਉਹ ਅਮੈਰੀਕਨ ਆਟੋ ਵਰਕਰਸ ਨੂੰ ਸਪੋਰਟ ਕਰਨਾ ਚਾਹੁੰਦੇ ਹੈਗੇ ਆ, ਖਾਸ ਕਰਕੇ ਹੁਣ ਵਾਈਸ ਪ੍ਰੈਜੀਡੈਂਟ ਕਮਲਾ ਹੈਰਿਸ ਹੁਣੀ ਪ੍ਰੈਜੀਡੈਂਸ਼ੀਅਲ ਕੈਂਡੀਡੇਟ ਆ ਤੇ ਬਹੁਤ ਸਾਰੇ ਕਾਰਾਂ ਦੇ ਪਾਰਟਸ ਦੀਆਂ ਜਿਹੜੀਆਂ ਕੰਪਨੀਆਂ ਆ ਉਹ ਮਿਸ਼ੀਗਨ ਦੇ ਵਿੱਚ ਆ। ਸੋ ਮਿਸ਼ੀਗਨ ਸਟੇਟ ਨੂੰ ਜਿੱਤਣਾ ਬੜਾ ਜ਼ਰੂਰੀ ਆ ਕਿਉਂਕਿ ਉਹ ਬੈਟਲ ਗਰਾਊਂਡ ਸਟੇਟ ਹੈਗੀ ਆ। ਸੋ ਇਸੇ ਤਰ੍ਹਾਂ ਵਾਈਟ ਹਾਊਸ ਨੇ ਅੱਜ ਇੱਕ ਇਨੀਸ਼ੀਏਟਿਵ ਜਾਰੀ ਕੀਤਾ ਜਿਹਦੇ ਮੁਤਾਬਕ $1 ਬਿਲੀਅਨ ਸਮਾਲ ਤੋਂ ਲੈ ਕੇ ਮੀਡੀਅਮ ਸਾਈਜ਼ ਦੇ ਜਿਹੜੇ ਆਟੋ ਸਪਲਾਇਰਸ ਆ ਉਹਨਾਂ ਨੂੰ ਇੱਕ ਪਾਇਲਟ ਪ੍ਰੋਗਰਾਮ ਦੇ ਤਹਿਤ ਤਾਂ ਕਿ ਉਹ ਵਰਕਰਸ ਨੂੰ ਟ੍ਰੇਨ ਕਰ ਸਕਣ ਉਹ ਦਿੱਤਾ ਜਾਊਗਾ। ਸੋ ਉਹਦੇ ਨਾਲ ਜਿਹੜੀ ਆ ਲੋਕਾਂ ਨੂੰ ਜੋਬਸ ਆ ਉਹ ਵੀ ਮਿਲਣਗੀਆਂ। ਜੀ ਬਿਲਕੁਲ,